ਸੋ ਕਹ ਟਲ ਗੁਰ ਸੇਵੀ ਹੈ ਹਨਸ ਸਹਜ ਸੁਭਾਏ ਦਰਸ਼ਨ ਪਰਸੇ ਹੈ ਗੁਰੂ ਕਹ ਜਨਮ ਮਰਨ ਦੁਖ ਹੋ ਜਾਏ ਜੁਗੋ ਜੁਗਰ ਟਲ ਸ਼ਬਦ ਸਤ ਗੁਰੂ ਧੰ ਧੰ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ عظیم ਮਹਾਰ ਬਖਸ਼ਿਸ਼ ਸوير ਸਮੇਂ ਦੇ ਸੀ ਦਿਵਾਨਾ ਨੂੰ ਮੰਨ ਰਹਿਆ ਗੁਰ ਹਜ਼ੂਰੀ ਨੂੰ ਮੰਨਦਿਆ ਗੁਰਬਾਣੀ ਕੀਰਤਨ ਆਸਾ ਕੀ ਵਾਰ ਤੇ ਰੂਪ ਵਿੱਚ ਸਰੋਤ ਹੋਇਆ ਉਪਰੰਤ ਅਰਦਾਸ ਦੀ ਸ਼ਮੂਲੀਅਤ ਦੇ ਨਾਲ ਅੱਜ ਦੇ ਗੁਰਵਾਖ ਜਨ ਜੀ ਨੇ ਸਾਨੂੰ ਸਰਵਣ ਕਰਵਾਇਆ ਨਾਲ ਦੀ ਨਾਲ ਇਤਿਹਾਸਕ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਉਹਨਾਂ ਮਹਾਨ ਮਰਜੀਵੜਿਆਂ ਨੂੰ ਜਿਨ੍ਹਾਂ ਦਾ ਸਫ਼ਰ ਨਿੱਕੀਆਂ ਜਿੰਦਾ ਵੱਡੇ ਸਾਕੇ ਦੇ ਰੂਪ ਵਿੱਚ ਸੰਪੂਰਨ ਹੁੰਦਾ ਆ ਉਹਨਾਂ ਨੂੰ ਕੁਝ ਸਮਾਂ ਅਸੀਂ ਲਗਾਵਾਂਗੇ ਟ੍ਰਿਬਿਊਟ ਕਰਾਂਗੇ ਅੱਜ ਦੇ ਦਿਨ ਦੇ ਪ੍ਰਸੰਗ ਨੂੰ ਸਮਝਾਂਗੇ ਨਾਲ ਦੀ ਨਾਲ ਜੋ ਗੁਰਵਾਕ ਗੁਰੂ ਹੁਕਮਰ ਸਾਨੂੰ ਪ੍ਰਾਪਤ ਹੋ ਰਿਹਾ ਹੈ ਡੈਫੀਨਟਲੀ ਦੀ ਵਿਆਖਿਆ ਹੋਏਗੀ ਸਵਾਉ ਵਿਚਾਰ ਪ੍ਰారంਭ ਕਰੀਏ ਸਭ ਤੋਂ ਪਹਿਲਾਂ ਦਾਸ ਦੁਆਰਾ ਬੁਲਾਈ ਫਤਿਹ ਪ੍ਰਵਾਨ ਹੋਏ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਗੁਰੂ ਹੁਕਮ ਰਾਗ ਸੋਰਠਿ ਵਿੱਚੋਂ ਆ ਰਿਹਾ ਹੈ ਮਹਲਾ 9 ਗੁਰੂ ਤੇਗ ਬਹਾਦਰ ਪਾਤਸ਼ਾਹ ਨਾਨਕ ਜੋਤ ਦੇ ਨੌਵੇਂ ਜਾਨਸ਼ੀਨ ਇਸ ਬਚਨ ਨੂੰ ਉਚਰਿਤ ਕਰ ਰਹੇ ਨੇ ਬਾਣੀ ਦਾ ਅੱਖਰ ਅੱਖਰ ਮਨੁੱਖੀ ਜੀਵਨ ਲਈ ਸੇਧ ਹੈ ਬਾਣੀ ਦੀ ਪੰਕਤੀ ਪੰਕਤੀ ਸਾਡੇ ਵਾਸਤੇ ਸਾਡੀ ਸੁਰਤ ਨੂੰ ਰੋਸ਼ਨ ਕਰਨ ਵਾਲਾ ਮਹਾਂਤਮ ਸ਼ਮਾ ਚਿਰਾਗ ਹੈ ਜੋ ਬਚਨ ਗੁਰਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਇਹ ਉਹੀ ਬਚਨ ਹੈ ਜੋ ਮਹਾਰਾਜ ਨੇ ਆਪਣੇ ਜੀਵਨ ਤੇ ਟੁਕਾਇਆ ਜੇ ਉਹੀ ਬਚਨ ਹੈ ਜਿਸ ਨੂੰ ਉਹਨਾਂ ਦੇ ਫਰਜ਼ਿੰਦ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਜੀਵਨ ਆਪਣੇ ਪਹਿਲੂ ਚ ਪਾ ਕੇ ਆਪਣਾ ਜੀਵਨ ਸਫਰਤਾ ਕਰਦੇ ਤੇ ਉਹੀ ਬਚਨ ਆ ਜਿਸ ਦੇ ਲੜ ਲੱਗ ਕੇ ਮਾਂ ਗੁਜਰੀ ਤੇ ਉਹ ਨਕੀਆਂ ਜਿੰਦਾ ਅੱਜ ਬੀਤੀ ਰਾਤ ਠੰਡੇ ਬੁਰਜ ਵਿਚ ਬੈਠੇ ਨੇ ਅੱਜ ਉਹਨਾਂ ਦੀ ਪਹਿਲੀ ਰਾਤ ਆ ਉੱਥੇ ਐਕਚੁਅਲੀ ਬੀਤੀ ਸ਼ਾਮ कोतवाल ਜਾਂ ਦਵਾਰਾ ਜਾਨੀ ਖਾਨ ਤੇ ਮਾਨੀ ਖਾਨ ਨੂੰ ਸਪੈਸ਼ਲ ਫੌਜੀ ਕੁਮਕ ਦੇ ਕੇ ਇਹਨਾਂ ਮਹਾਨ ਰੂਹਾਂ ਨੂੰ ਮਰਿੰਡੇ ਤੋਂ ਸਰਹਿੰਦ ਭੇਜਿਆ ਗਿਆ ਤ ਉਸ ਸਰਹੰਦਪੌਂਚੋਂ ਤੋਂ ਬਾਅਦ ਵਜ਼ੀਰ ਖਾਨ ਜੋ ਕਿ ਬੜੀ ਵੱਡੀ ਹਾਰ ਤੇ ਬੜਾ ਵੱਡਾ ਆਪਣੇ ਆਪ ਦੇ ਵਿੱਚ ਆਪਣੇ ਮਨਮਨਾਲ ਲੈ ਕੇ ਵਾਪਸ ਆਇਆ ਹੈ ਤੇ ਉਸ ਨੇ ਇਸ ਨੂੰ ਇੱਕ ਟਰੋਫੀ ਦੀ ਤਰ੍ਹਾਂ ਸਮਝਿਆ ਤੇ ਕਹਿੰਦਾ ਵੀ ਹਾਂ ਉਹਨੇ ਨਾ ਨੂੰ ਮੈਂ ਆਪਣੇ ਮਨਮਰਜ਼ੀ ਦੇ ਤਸਹੀਹ ਦੇਵਾਂਗਾ ਤੇ ਉਸਹੀ ਹਾਂ ਦਾ ਬਿਲਕੁਲ ਪਹਿਲੀ ਸ਼ੁਰੂਆਤ ਸਿਆਲੀ ਰਾਤ ਦੇ ਵਿੱਚ ਇਨਸਾਨ ਨੂੰ ਤੁਸੀਂ ਠੰਡ ਵਿੱਚ ਰਹਿਣ ਦੀ ਉੱਥੇ ਪਨਿਸ਼ਮੈਂਟ ਤੇ ਉਸ ਤੋਂ ਵੱਡੀ ਸਜ਼ਾ ਕੀ ਹੋ ਸਕਦੀ ਹੈ ਕੁਝ ਖਾਣ ਨੂੰ ਕੁਝ ਪਾਣ ਨੂੰ ਕੁਝ ਤੇ ਲੈਣ ਨੂੰ ਕੁਝ ਵੀ ਮੌਸਰ ਨਾ ਕਰਾਓ ਤੇ ਫਿਰ ਉਸ ਜਗ੍ਹਾ ਤੇ ਜਿਹੜੀ ਬਿਲਕੁਲ ਬਰਫ਼ ਦੇ ਨਿਆਈਂ ਸ਼ੀਤਲ ਹੈ ਸਵਾਉ ਰਾਤਿਆ ਜਿਸ ਦਿਨ ਕੌਮ ਦੇ ਵਿਰਸੇ ਦਾ ਨੇਕ ਸਿਰਜਣ ਗੋਚਰੇ ماں ਗੁਜਰੀ ਆਪਣੇ ਪੁੱਤਰਿਆਂ ਦੇ ਨਾਲ ਠੰਡੀ ਰਾਤ ਦੇ ਇਸ ਰੰਗ ਨੂੰ ਆਪਣੇ ਆਗੋਸ਼ 'ਚ ਮਾੜ ਰਹੀ ਹੈ ਫਿਰ ਬੰਦੇ ਦਾ ਰੈਸ਼ਨਲ ਮਾਈਂਡ ਵੀ ਕਈ ਵਾਰੀ ਸੋਚਦਾ ਆ ਇਜ਼ ਇਟ ਪੋਸੀਬਲ ਐਵੇਂ ਹੋ ਸਕਦਾ ਵੈਸੇ ਪਦਨੇ ਨੂੰ ਤਦ ਦੇ ਘੰਟੇ ਦੀ ਠੱਡ ਲੱਗੇ ਤਦ ਦੇ ਘੰਟੇ 'ਚ ਬੰਦਾ ਕਹਿੰਦਾ ਵੀ ਮੇਰੀ ਬੱਸ ਹੋ ਗਈ ਜੋ ਤੁਸੀਂ ਕਹਿੰਦੇ ਹੋ ਮੈਂ ਤੁਹਾਡੀ ਗੱਲ ਮੰਨਣ ਨੂੰ ਤਿਆਰ ਆ ਪਰਵਾਸਤਾ ਰੱਬ ਦਾ ਇੱਥੋਂ ਕੱਢੋ ਮੈਨੂੰ ਪਰੇ ਨਾ ਇਨਾ ਸਿਰੜ ਇਨਾ ਸਬਰ ਕਿਸ ਚੀਜ਼ ਨਾਲ ਭਰੀਆਂ ਹੋਣਗੀਆਂ ਰੂਹਾਂ ਉਹ ਬਸ ਆ ਬਚਨ ਹੀ ਅਸੀਂ ਸਮਝ ਚਾਉਂਦੇ ਨੇ ਹੋਰ ਕੁਝ ਨਹੀਂ ਕਰਤਾਰੀ ਕੁਦਰਤ ਦੀ ਖੇਡ ਦੇ ਵਿੱਚ ਹੁਕਮ ਇਹ ਹੈ ਕਿ ਜਿਸ ਕਾਬਲ ਤੈਨੂੰ ਬਣਾਇਆ ਆ ਅਕਾਲ ਪੁਰਖ ਵਾਹਿਗੁਰੂ ਨੇ ਰੱਬ ਨੇ ਉਸ ਪਰਿਪੂਰਣ ਨੇ ਤੈਨੂੰ ਬਣਾਉਣ ਤੋਂ ਬਾਅਦ ਤੈਨੂੰ ਨੇ ਐਬਿਲਿਟੀ ਦਿੱਤੀ ਹੈ ਤੂੰ ਦੇਸ ਹੁਕਮ ਦੇ ਉਸ ਰੂਪ ਨੂੰ ਜੀ ਸਕਦਾ ਹੈ ਮਾਣ ਸਕਦਾ ਹੈ ਅਹਿਸਾਸ ਸਕਦਾ ਹੈ ਇਹ ਹੀ ਸੈਲਫ ਰੈਲਾਈਜੇਸ਼ਨ ਹੈ ਜੀ ਬਾਬਾ ਜੀ ਨੇ ਕਿਹਾ ਹੈ ਨਾ ਕਿ ਬੰਦੇ ਤੂੰ ਨੂਰ ਦਾ ਹਿੱਸਾ ਆ ਕਹੋ ਕਬੀਰ ਇਹ ਰਾਮ ਕੀ ਅੰਸ਼ ਆਪਾਂ ਬਿੱਤੀ ਸ਼ਾਮ ਵਿਚਾਰ ਸੀ ਗੁਰਮਿਲ ਲਧਾ ਜੀ ਰਾਮ ਪਿਆਰਾ ਰਾਮ ਸਾਡਾ ਆਪਣਾ ਹੀ ਰਾਮ ਗਵਾਚ ਗਿਆ। ਸਾਡੀ ਆਪਣੀ ਉਹ ਰਮੀ ਹੋਈ ਸ਼ਕਤੀ ਸਾਡੇ ਚੋਂ ਉਸ ਲਾਸਟ ਹੋ ਗਈ ਹੈ। ਬੰਦੇ ਨੂੰ ਹੀ ਲੱਗਦਾ ਹੈ ਕਿ ਮੇਰੇ ਤੋਂ ਦੁੱਖ ਭਾਰ ਆਇਆ। ਮੇਰੇ ਤੋਂ ਤਕਲੀਫ ਭਾਰੀ ਹੈ। ਮੇਰੇ ਤੋਂ ਮੁਸ਼ਕਲ ਵੱਡੀ ਹੈ। ਬਾਬਾ ਜੀ ਕਹਿੰਦੇ ਨਹੀਂ। ਤੇਰੇ ਤੋਂ ਤਕਲੀਫ ਕਿਵੇਂ ਵੱਡੀ ਹੋ ਸਕਦੀ ਹੈ? ਮੁਸ਼ਕਲ ਕਿਵੇਂ ਵੱਡੀ ਹੋ ਸਕਦੀ ਹੈ? ਤੂੰ ਵੱਡਾ ਹੈ। ਇਹ ਰਿਅਲਾਈਜ਼ ਨਹੀਂ ਹੁੰਦਾ। ਮਾੜੀ ਜੀ ਤਕਲੀਫ ਮੁਸ਼ਕਲ ਆਉਂਦੀ ਬੰਦਾ ਕਹਿੰਦਾ ਮੈਂ ਟੈਟੇਰੀ ਹੋ ਗਿਆ। ਸਾਹਿਬ ਕਹਿੰਦੇ ਨਾ। ਫਿਰ ਮੈਂ ਲੱਭਾਂ ਕਿਵੇਂ ਗੁਰਮਿਲ ਲੱਧਾ ਜੀ ਜਿਹਦੀ ਸੁਰਤ ਚ ਗੁਰੂ ਵਰਤਦਾ ਹੈ ਜਦੋਂ ਸੁਰਤ ਚ ਗੁਰੂ ਵਰਤਦਾ ਫਿਰ ਉਹਦੇ ਨਾਲ ਮਿਲ ਕੇ ਇਹ ਚੀਜ਼ ਲੱਭਦੀ ਹੈ ਰਾਮ ਪਿਆਰ ਆਰਾਮ ਤੇ ਜਿਨ੍ਹਾਂ ਨੂੰ ਲੱਭ ਗਿਆ ਉਹ ਫਿਰ ਡੈਡੀਕੇਟ ਹੋ ਗਏ ਇਹ ਤਨ ਮਨ ਦਿੱਤੜਾ ਵਾਰੋ ਵਾਰ ਆਰਾਮ ਆਪ ਪੰਜਾਬ ਦੀ ਫੀਜ਼ਾਨ ਦੇ ਵਿੱਚ ਰਹੇ ਹੋ ਪੰਜਾਬੀ ਕਲਚਰ ਨਾਲ ਵਾਕਿਫਿਤ ਰੱਖਦੇ ਹੋ ਜੋ ਤੁਸੀਂ ਕਹਿੰਦੇ ਕਿ ਕਿਸੇ ਸ਼ਗਨ ਵਿਆਹ ਕਿਸੇ ਜਗ੍ਹਾ ਤੇ ਜਾਈਏ ਨਾ ਤੇ ਕੁਝ ਅਸੀਂ ਆਪਣੇ ਬਟਵੇ ਚੋਂ ਖਰਚ ਕਰਦੇ ਆ ਆਪ ਨੂੰ ਸਭ ਨੂੰ ਪਤਾ ਕੋਈ ਤੇ ਹੈ ਨਹੀਂ ਨਵੀਂ ਚੀਜ਼ ਹੈ ਕੋਈ ਜਿਹੜਾ ਖਰਚ ਕੀਤਾ ਜਾਂਦਾ ਕੁਝ ਖਰਚ ਕੀਤਾ ਜਾਂਦਾ ਉਸ ਘਰ ਦੇ ਵਿੱਚ ਜਿੱਥੇ ਗਏ ਹੋ ਉੱਥੇ ਕੋਈ ਤੁਸੀਂ ਨਿਉਂਦਾ ਪਾਉਂਦੇ ਹੋ ਸ਼ਗਨ ਪਾਉਂਦੇ ਹੋ ਕੋਈ ਚੀਜ਼ ਇਹ ਜੋ ਕੁਝ ਪਾਇਆ ਜਾਂਦਾ ਆ ਇਹ ਲੇਖੇ ਚ ਹੁੰਦਾ ਹੈ ਇਹ ਲਿਖਿਆ ਜਾਂਦਾ ਵੀ ਸਾਡੇ ਘਰੇ ਆਏ ਸੀ ਆ ਗਿਫਟ ਲੈ ਕੇ ਆਏ ਸੀ ਆ ਨਿਉਂਦਾ ਪਾਇਆ ਸੀ ਸਭ ਕੁਝ ਕੀਤਾ ਸੀਗਾ ਇਹ ਸਭ ਚੀਜ਼ਾਂ ਹੁੰਦੀਆਂ ਪਰ ਕੁਝ ਬਟਵੇ ਦਾ ਹਿੱਸਾ ਉਥੇ ਸ਼ਗਨ ਦੇ ਵਿੱਚ ਨਿਉਂਦੇ ਦੇ ਵਿੱਚ ਉਥੇ ਨਹੀਂ ਪਾਇਆ ਜਾਂਦਾ ਉਹ ਕਿਸੇ ਦਾ ਸਰਵਾਰ ਨਾ ਕੀਤਾ ਜਾਂਦਾ ਉਹਦਾ ਕੋਈ ਲੇਖਾ ਨਹੀਂ ਹੁੰਦਾ ਉਹਦੇ ਉਹਦੀ ਉਹਦੇ ਇਵਜ ਵਿੱਚ ਕੁਝ ਵੀ ਮੰਗਿਆ ਨਹੀਂ ਜਾਂਦਾ ਵੇ ਦੱਸਿਆ ਵੀ ਨਹੀਂ ਜਾਂਦਾ ਕਿ ਮੈਂ ਤੇਰੇ ਉਹ ਮੈਂ ਤੇ ਤੇਰੇ ਵਿਆਹ ਦੇ ਉੱਤੇ ਇੰਨਾ ਇੰਨਾ ਸਰਵਾਰਨਾ ਕੀਤਾ ਸੀਗਾ ਨਾ ਉਹ ਤੇ ਬਈ ਚੋਇਸ ਹੈ ਤੇਰੀ ਕੋਈ ਉੱਥੇ ਕੰਪੈਰੀਸ਼ਨ ਨਹੀਂ ਕੋਈ ਵੀ ਹੈਗਾ ਨਾ ਉੱਥੇ ਕਿਸੇ ਨੂੰ ਕੰਪੈਲ ਕੀਤਾ ਜਾਂਦਾ ਹੈ ਜਿਸ ਨੂੰ ਉਸ ਰਮੀ ਹੋਈ ਹਸਤੀ ਨੇ ਆਪਣੇ ਨਾਲ ਅੰਗੇਜ ਕਰ ਲਿਆ ਨਾ ਫਿਰ ਪਤਾ ਕੀ ਹੈ ਇਹ ਤਨਮਨ ਦਿੱਤੜਾ ਵਾਰੋ-ਵਾਰ ਆਰਾਮ ਉਹਨੇ ਤਨਮਨ ਹੀ ਵਾਰ ਦਿੱਤਾ उन्हें कहा गल ही कुछ नहीं पढ़ा भाई साहब मंगल का पढ़ रहे बहुत जन्म थे, माधो। एह जन्म एह तुम्हारे लेखे चीज किसी भी समझ नहीं आती सुचानंद तो लैके वजीर खान तो लैके काजी सब हैरान है हर कार ਇਹ ਕਿਉਂ ਨਹੀਂ ਆਪਣੇ ਆਪ ਨੂੰ ਬਚਾਉਂਦੇ ਉਹ ਕਹਿੰਦੇ ਆਪਣਾ ਆਪਾ ਹੋਏ ਤੇ ਬਚਾਈਏ ਹੈ ਹੀ ਨਹੀਂ ਮੈਂ ਹੋਵਾਂ ਤੇ ਬਚਾਵਾਂ ਜਦੋਂ ਮੈਂ ਹੀ ਨਹੀਂ ਤੇ ਬਚਾਵਾਂ ਕਿਸ ਨੂੰ ਇਹ ਐਕਚੁਅਲੀ ਇੱਕ ਐਸ ਆਈ ਅੰਡਰਸਟੈਂਡ ਇੱਕ ਸਪਿਰਚੁਅਲਿਟੀ ਦਾ ਇੱਕ ਥ੍ਰੈਸ਼ਹੋਲਡ ਹੈ ਇਹਨਾਂ ਵਾਬਾ ਕਬੀਰ ਜੀ ਨੇ ਕਿਹਾ ਨਾ ਤੂੰ ਤੂੰ ਕਰਤਾ ਤੂੰ ਭਇਆ ਮੁਜ ਮੈਂ ਰਹਾ ਨਾ ਹੈ ਨਹੀਂ ਇਹ ਵਾਕਿਆ ਜੀ ਨੂਰ ਨੂੰ ਸੁਰਤ ਤੇ ਚ ਅਹਿਸਾਸ ਤੇ ਹੋਏ ਇਹ ਨੂਰ ਹੋ ਗਏ ਹਰ ਸ਼ਬਦ ਬਿਲਕੁਲ ਰਿਫਲੈਕਟ ਕਰਦਾ ਹੈ ਇਹ ਰੱਬ ਦੀ ਜੋਤ ਦਾ ਅਹਿਸਾਸ ਕਰਦੇ ਹੋਏ ਉਸ ਸ਼ਮਾ ਦੇ ਨਾਲ ਸ਼ਮਾ ਦਾ ਰੂਪ ਹੀ ਹੋ ਗਏ ਜੇਕਰ ਭਾਈ ਗੁਰਦਾਸ ਜੀ ਦਾ ਰਚਨਾਵਾ ਪੜਦੇ ਨਾ ਸੇ ਉਹ ਕਹਿੰਦੇ ਇੱਕ ਬਾਬਾ ਅਕਾਲ ਦੇ ਰੂਪ ਦੁਜਾਰਾ ਬਾਬੀ ਮਰਦਾਨਾ ਇਹਦੀ ਵਿਆਖਿਆ ਕੀਤੇ ਦਾਨਸ਼ਮੰਦਾਂ ਨੇ ਉਹ ਕਹਿੰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖ ਰਹੇ ਨੇ ਕੋਈ ਛੋਟੀ ਗੱਲ ਤੇ ਹੋਣੀ ਨਹੀਂ ਉਹਨਾਂ ਨੇ ਇਹ ਨਹੀਂ ਕਿਹਾ ਇੱਕ ਬਾਬਾ ਅਕਾਲ ਪੁਰਖ ਨਾ ਉਹਨੇ ਕਿਹਾ ਇੱਕ ਬਾਬਾ ਅਕਾਲ ਰੂਪ ਇੱਕ ਹੀ ਗੱਲ ਆ ਆਪ ਕਦੀ ਦੇਖੋ ਜਦੋਂ ਕੁਠਾਲੀ ਦੇ ਚ ਸੋਨਾ ਪਾਇਆ ਜਾਂਦਾ ਕੁਝ ਸਮੇਂ ਤੱਕ ਸੋਨਾ ਵੱਖਰਾ ਹੁੰਦਾ ਤੇ ਅੱਗ ਵੱਖਰੀ ਹੁੰਦੀ ਹੈ ਇਕ ਸਮਾਂ ਹੁੰਦਾ ਜਦੋਂ ਟੈਂਪਰੇਚਰ ਬਿਲਕੁਲ ਉਸ ਲੈਵਲ ਤੇ ਆ ਜਾਂਦਾ ਹੈ ਜਿੱਥੇ ਜਿਹੜਾ ਸੋਨਾ ਆ ਉਹ ਬਿਲਕੁਲ ਅੱਗ ਦਾ ਰੂਪ ਹੋ ਜਾਂਦਾ ਹੁਣ ਕੋਈ ਵੇਖਣ ਵਾਲੀ ਅੱਖ ਵੇਖ ਹੀ ਨਹੀਂ ਸਕਦੀ ਅੱਗ ਕਿਹੜੀ ਹੈ ਤੇ ਸੋਨਾ ਕਿਹੜਾ ਹੈ ਹੈ ਸੋਨਾ ਪਖੜਾਇਆ ਉਹਦੇ ਤੋਂ ਪਰ ਅੱਗ ਦੇ ਵਿੱਚ ਆ ਮਾਇਆ ਹੋਇਆ ਸੋਨਾ ਅੱਗ ਦਾ ਹੀ ਰੂਪ ਹੋ ਗਿਆ ਹੁਣ ਅਕਾਲ ਦੇ ਨਾਲ ਪ੍ਰਸਤਤੀ ਰੱਖਣ ਵਾਲੇ ਅਕਾਲ ਦਾ ਰੂਪ ਹੀ ਹੋ ਗਏ ਨੇ ਦੋ ਰਈ ਨਹੀਂ ਦ્વੈਤ ਹੈ ਹੀ ਨਹੀਂ ਪਰ ਇਹ ਜਿਹੜੀ ਬਿਲਕੁਲ ਅਦ્વੈਤ ਭਾਵਿਆ ਇਹ ਸਿਰਫ ਜੋ ਮਾਨ ਰਿਹਾ ਜੋ ਜਾਣ ਰਿਹਾ ਉਹਨੂੰ ਹੀ ਪਤਾ ਆ ਆਹੀ ਰਾਤ ਆ ਜਿੱਦਨ ਮੋਤੀ ਮਹਿਰਾ ਆਪਣੀ ਜਾਣ ਤੇ ਖੇਡ ਗਏ ਪਤਾ ਆ ਕੀ ਇਹਦਾ ਇਹਦਾ ਰਿਵਾਰਡ ਕੀ ਹੈ ਰੀਵਾਰਡ ਤੇ ਹੀ ਹੈ ਨਾ ਵੀ ਕਾਣ ਬੱਚਾ ਪੀੜਨਗੇ ਅਗਲੇ ਬਿਲਕੁਲ ਪੀੜਨਗੇ ਸਟੈਬਲਿਸ਼ਮੈਂਟ ਇਸ ਗੱਲ ਦੇ ਉੱਤੇ ਪੂਰੀ ਉਤਾਤ ਤੁਰਿਆ ਇਹ ਹੱਦ ਹੋ ਗਈ ਗੁਰੂ ਦਾ ਤੁਸੀਂ ਕੋਈ ਸਿੰਪੈਥਾਈਜ਼ਰ ਨਹੀਂ ਛੱਡਣਾ ਹੈਲਪਰ ਕਿਵੇਂ ਛੱਡਾਂਗੇ ਅਸੀਂ ਇੱਥੇ ਤੇ ਕੋਈ ਉਹਦੇ ਨਾਲ ਸਿੰਪਥੀ ਵੀ ਕਰੇ ਇਵਨ ਆ ਆਉਂਦੇ ਅੱਜ ਕਚਹਿਰੀ ਲੱਗਣੀ ਆ ਦਿਨ ਜਿਹੜਾ ਚੜਨਾ ਹੈ ਛੱਡਦੀ ਸਵੇਰ ਮaat ਗੁਜਰੀ ਤੋਂ ਦੋਨਾਂ ਨੂੰ ਜੁਦਾ ਕੀਤਾ ਜਾਏਗਾ ਰੋਹਾਂ ਨੂੰ मां पूछे 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 मां ने उन्होंने इनहां तो की करावणा जे ते जेड़ा दरोगा ਲੈਣ ਲਈ ਆਇਆ ਉਹਨੂੰ ਵੀ ਪਤਾ ਇਸ ਗੱਲ ਦਾ ਉਹ ਫਿਰ ਹੋਰ ਤੇ ਗੱਲ ਕੋਈ ਔੜੀ ਨਹੀਂ ਉਸਨੂੰ ਨੇ ਕਿਹਾ मां ਕੁਛ ਨਹੀਂ ਕਹਿਣਾ ਬਸ ਨਾ ਸੂਬੇ ਨੇ ਦੇਖਣਾ ਹੀ ਇਹਨਾਂ ਨੂੰ ਹੋਰ मां ਨੂੰ ਕੀ ਕਹੇਗਾ ਉਹ ਤੇ मां ਕੁੜੀ ਨੂੰ ਅਹਿਸਾਸ ਨਹੀਂਗਾ ਪਿਓਸ ਪੱਥਰ ਦਿਲ ਨੇ ਦੇਖਣਾ ਥੋੜਾ ਇਹਨਾਂ ਨੂੰ ਉਹ ਤੇ ਇਹਨਾਂ ਨੂੰ ਤਸੀਹੇ ਦੇ ਕੇ ਦੇਖੇਗਾ ਉਹ ਤ ਇਹਨਾਂ ਦਾ ਸਬਰ ਦੇਖੇਗਾ ਇਹ ਆ ਚੜਦੀ ਸਵੇਰ ਹੈ ਜਦੋਂ ਮਾਂ ਮੈ ਸੋਚਦਾ ਮਾਂ ਕੈਸਾ ਦਿਲ ਡਾਡਾ ਕੀਤਾ ਹੋਣਾ ਮਾਂ ਨੇ ਉਦੋਂ ਆਖਰਕਾਰ ਉਸ ਹਿਰਦੇ ਦੇ ਚ ਕੈਸੀ ਰੱਬ ਨੇ ਸੁਰਤ ਪਾਈ ਹੋਣੀ ਹੈ ਜਿਹੜੀ ਪ੍ਰੈਪਰੇਸ਼ਨ ਕਰ ਰਹੀ ਹੈ ਬੱਚਿਆਂ ਦੀ ਵੀ ਚਲੋ ਉਹਨਸ ਆਮਾਰ ਸੋ ਗੱਲ ਇਹ ਹੈ ਦੁੱਖ ਤੇ ਦੁੱਖ ਹੈ। ਪੁਰਸ ਦੁੱਖ ਨੂੰ ਜਿਨ੍ਹਾਂ ਨੇ ਸਹਿਆ ਜਿਨ੍ਹਾਂ ਨੇ ਬਰਦਾਸ਼ਤ ਕੀਤਾ ਜਿਨ੍ਹਾਂ ਚ ਇੱਕ ਸ਼ਮਤਾ ਕੁਦਰਤ ਨੇ ਪਾਈ ਇਹੋ ਹੀ ਨੇ ਇਹ ਗੁਰਮਿਲ ਲੱਧਾ ਜੀ RAM ਪਿਆਰਾ RAM ਇਹ ਤਨਮਨ ਦੇ ਟਡਾ ਵਾਰੋ ਵਾਰਾ RAM ਤਨਮਨ ਦਿੱਤਾ ਪਵਜਲ ਦਿੱਤਾ ਪਵਜਲ ਪਾਊਡਰ ਨੂੰ ਕਹਿੰਦੇ ਨੇ। ਡਾਰੀ ਨਹੀਂ ਬੰਦੇ ਤੋਂ ਜੇਤੂ ਹੁੰਦਾ। ਬੰਦਾ ਡਰਦਾ ਮਾਰਿਆ ਹੋਈ ਦੁੱਖ ਭੋਗ ਰਿਹਾ ਡਰ ਨਹੀਂ ਜਾਂਦਾ ਬੰਦੇ ਦੇ ਹਿਰਦੇ ਚ ਆਹ ਹੋ ਜਾਏਗਾ ਆਹ ਹੋ ਜਾਏਗਾ ਆ ਮਾਰ ਦੇਗਾ ਆ ਕਰ ਦੇਗਾ ਬਾਬਾ ਜੀ ਨੇ ਕਿਹਾ ਜਿਸ ਨੂੰ ਗੁਰੂ ਨੇ ਰੌਸ਼ਨ ਕੀਤੀ ਸੁਰਤ ਉਹਨੂੰ ਦੋ ਚੀਜ਼ਾਂ ਦਾ ਪਤਾ ਲੱਗ ਗਿਆ ਇੱਕ ਤੇ ਇਹ ਡਰਿਆ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸ਼ੋਰ ਇਮਾਨੀ ਚੀਜ਼ਾਂ ਨੂੰ ਐਗਜ਼ੈਜੂਰੇਟ ਕਰ ਰਿਹਾ ਹੈ ਮਾਨੀ ਚੀਜ਼ਾਂ ਨੂੰ ਭੜਕਾ ਰਿਹਾ ਹੈ ਮਾਨੀ ਕਹਿ ਰਿਹਾ ਆ ਹੋ ਜਾਏਗਾ ਆ ਹੋ ਜਾਏਗਾ ਇਸ ਤਰ੍ਹਾਂ ਹੋ ਜਾਏਗਾ ਹੁਣ ਤੋਂ ਪਹਿਲਾਂ ਹੀ ਬੰਦੇ ਨੂੰ ਡਰਾ ਕੇ ਮਾਰ ਰਿਹਾ ਹੈ ਜਿਹੜਾ ਕਹਿੰਦੇ ਨਾ ਲਿਵ ਇਨ ਦਿਸ ਮੂਮੈਂਟ ਪ੍ਰੈਸੈਂਟ ਜਿਹੜਾ ਹੁਣ ਵਿੱਚ ਜੀ ਰਿਹਾ ਉਹਨੂੰ ਕੀ ਡਰਾਏਗਾ ਕੋਈ ਹੁਣ ਵਿੱਚ ਜੀਣਾ ਹੀ ਸਿਮਰਨ ਜਿਹੜਾ ਸਪੱਲ ਵਿੱਚ ਜੀ ਰਿਹਾ ਜਿਸ ਨੂੰ ਇਹ ਸਮਝ ਆਏਗਾ ਗੁਰੂ ਨਾਨਕ ਮਹਾਰਾਜ ਦਾ ਸੰਦੇਸ਼ ਹਾਂ ਆਦਮੀ ਹਾਂ ਇੱਕ ਦਮ ਹੀ ਆਸਾਈ ਮੇਰਾ ਆ ਮੈਂ ਲੈ ਲਿਆ ਸ਼ੁਕਰ ਹੈ ਇਹੀ ਸਾ ਮੇਰਾ ਹੈ ਇਹ ਆ ਗਿਆ ਸ਼ੁਕਰ ਹੈ ਉਹ ਅੱਗੇ ਪਿੱਛੇ ਕਿ ਸੋਚਦਾ ਹੀ ਨਹੀਂ ਇਸ ਇਸ ਥੋਰਨਲ ਜਿਹੜੀ ਸੁਰਤ ਅਲਾਈਨ ਹੋਈ ਹੈ ਉਹ ਸੁਰਤ ਉਸ ਨੂੰ ਹੁਣ ਕਿਵੇਂ ਕੋ ਡਰਾਏਗਾ ਉਹਦੇ ਸਾਹਮਣੇ ਤੇ ਸਭ ਚੀਜ਼ਾਂ ਜਿਹੜੀਆਂ ਨੇ ਉਹ ਛੋਟੀਆਂ ਹੋ ਜਾਣਗੀਆਂ ਨਿਭ ਜਾਣਗੀਆਂ ਇਤੋਂ ਫਿਰ ਬਾਤ ਨਿਕਲਦੀ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਕੀ ਉਹਨਾਂ ਨੂੰ ਤਨਮਨ ਦਿੱਤੜਾ ਭਵਜਲ ਜਿੱਤਾ ਚੂਕੀ ਕਾਣ ਜਮਾਣੀ ਜਮਾਣੀ ਜਮਾਂ ਦੀ ਕਾਣ ਜਮ ਚਲੋ ਮਰ ਕੇ ਜਮ ਕਿਸੇ ਨੂੰ ਆਉਣ ਕੇ ਫੜਨ ਵਾਸਤੇ ਕੁੱਟਣ ਵਾਸਤੇ ਮਾਰਨ ਵਾਸਤੇ ਤੇ ਜਿਉਂਦੇ ਜਮ ਬਣ ਬਣ ਕੇ ਆ ਰਹੇ ਨੇ ਪਰੋ ਜਿਉਂਦੇ ਜਮਾਂ ਨੂੰ ਸਾਹਮਣੇ ਉਹਨਾਂ ਦੀ ਕਾਣ ਉਹਨਾਂ ਦੀ ਪਰਵਾਹ ਨਹੀਂ ਬੇ ਬਿਲਕੁਲ ਬੇਪਰਵਾਹ ਹੋ ਗਏ ਇਸ ਚੀਜ਼ ਤੋਂ ਪਤਾ ਆ ਇਹ ਸਰੀਰਕ ਕਸ਼ਟੇ ਤਕਲੀਫਾਂ ਇਹਨੇ ਚੋਂ ਲੰਘਣਾ ਹੀ ਪੈਣਾ ਆ ਨਹੀਂ ਤੇ ਮਨੁੱਖਤਾ ਦਾ ਜੋ ਆਦਰਸ਼ ਜੋ ਆਈਡੀਅਲ ਹਿਊਮਨ ਕੈਰੈਕਟਰ ਗੁਰੂ ਬਾਬਾ ਗੁਰੂ ਨਾਨਕ ਮਹਾਰਾਜ ਨੇ ਕਦੀ ਕਲਪਨਾ ਕੀਤੀ ਸੀ ਜਿਹਦੀ ਉਹ ਨਹੀਂ ਉਹ ਸਰ ਨਹੀਂ ਸਕੇਗਾ ਇਹ ਤੇ ਮੂਰਤ ਬਣ ਰਹੀ ਆ ਖਾਲਸ ਦੀ ਮੂਰਤ ਬਣ ਰਹੀ ਆ ਇਹ ਤੇ ਅਕਾਲ ਪ੍ਰਸਤਾਰਾਂ ਦਾ ਪੰਥ ਬਣ ਰਿਹਾ ਆ ਇਹਦੇ ਤੇ ਸਾਡਾ ਕੰਟਰੀਬਿਊਸ਼ਨ ਹੋ ਰਿਹਾ ਹੈ ਨੋ ਡਾਊਟ ਕਈ ਵਾਰੀ ਬੜੇ ਔਖੇ ਕੰਮ ਨੂੰ ਤੁਸੀਂ ਲੱਗੇ ਹੁੰਦੇ ਹੋ ਪਰ ਤੁਹਾਨੂੰ ਉਹਦਾ ਐਂਡ ਰਿਜ਼ਲਟ ਦਿਸ ਰਿਹਾ ਹੁੰਦਾ ਜਦੋਂ ਦਿਸ ਰਿਹਾ ਹੋਏ ਫਿਰ ਬੰਦਾ ਕਹਿੰਦਾ ਕੋਈ ਨਾ ਅਖਿਆਈ ਵਿੱਚੋਂ ਵੀ ਤੇ ਤੇ ਬੜਾ ਕਹਿ ਲੋ ਕਿ ਰੱਬੀ ਕਾਰਜ ਸਿਰਜਣ ਵਾਲੀਆਂ ਰੂਹਾਂ ਨੇ ਫਿਰ ਇੱਥੇ ਜਾ ਕੇ ਡੈਫੀਨਿਟਲੀ ਉਹਨਾਂ 'ਚ ਇਹ ਕੈਲੀਬਰ ਜਿਹੜਾ ਸਪਿਰਚੁਅਲ ਕੈਲੀਬਰ ਮੈਂ ਕਹਾਵਾਂਗਾ that was there ਜ਼ਹਰ ਆਖ ਨਾਲ ਕਈ ਵਾਰੀ ਸਾਨੂੰ ਨਹੀਂ ਨਜ਼ਰ ਪੈਂਦੀ ਉਹ ਜੀ ਸਾਨੂੰ ਲੱਗਦਾ ਸਾਡ ਰੈਸ਼ਨਲ ਮਾਈਂਡ ਕਹਿੰਦਾ ਬਈ ਹਾਊ ਕਮ ਉਹਦੋਂ ਬਾਤ ਕਰ ਰਿਆ ਸੀ ਨਾ ਇਹ ਕਚਹਿਰੀ 'ਚ ਬਾਤ ਚੱਲੀ ਸੀ ਜਦੋਂ ਉੱਥੇ ਵਕਰੇ ਵਕਰੇ ਕਚਹਿਰੀ ਦੇ ਜਿਹੜੇ ਅਫਸਰਾਨ ਨੇ ਉਹ ਪੁੱਛਦੇ ਨੇ ਸਹਬਜ਼ਾਦਿਆਂ ਨੂੰ ਕਿ ਆਖਰਕਾਰ ਕੁਝ ਤੇ ਹੈ ਜਿਹੜਾ ਤੁਹਾਡੇ ਕੋਲ ਐਕਸਟਰਾਔਡੀਨਰੀ ਹੈ ਜਿਹੜਾ ਜਿਹਦੇ ਕਰਕੇ ਜਿਹੜਾ ਅਸੀਂ ਕਰਨਾ ਚਾਹੁੰਦੇ ਹੋਂ ਨਹੀਂ ਪਾ ਰਿਆ ਤੇ ਉਹ ਫਿਰ ਉਹ ਕਹਿੰਦੇ ਨੇ ਹਕੀਮ ਅੱਲਾ ਯਾਰ ਖਾਂ ਜੋਗੀ ਉਹਨਾਂ ਨੇ ਕਿਹਾ ਵੀ ਗੱਲ ਇਹ ਹੈ ਵੀ ਤੁਹਾਨੂੰ ਇਹ ਗੱਲ ਸਮਝ ਨਹੀਂ ਆਉਣੀ ਕਿਉਂਕਿ ਤੁਹਾਡੀ ਸੁਰਤ ਜਿੱਥੇ ਟਿਕੀ ਐ ਉਹਦੇ ਬਹੁਤ ਪਿੱਛੇ ਐ ਸਫ਼ਰ ਅੱਗੇ ਨੰਗ ਚੁੱਕਾ ਹੈ ਉਤਤ ਲਫਜ਼ ਨੇ ਕਹਿੰਦਾ ਪੀ ਇਹਨੇ ਫੌਜ਼ੋਂ ਤੇ ਨਹਾਜ਼ ਇਹਨਾਂ ਦੇਵੀ ਕਾ ਮਾਨ ਹੈ ਆਸ਼ਿਕ ਹੈ ਹਮ ਖੁਦਾ ਕੇ ਔਰ ਹਥੇਲੀ ਤੇ ਜਾਨ ਹੈ ਇਹ ਖੁਦਾ ਦਾ ਇਸ਼ਕ ਹੈ ਇਹ ਸੱਚ ਦੀ ਉਸ ਪ੍ਰੇਮ ਦੀ ਖੇਡ ਦਾ ਰੰਗ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਜੋਤੋ ਪ੍ਰੇਮ ਖੇਲਨ ਕਾ ਚਾਓ ਸਿਰਤਰਤਲੀ ਗਲੀ ਮੇਰੀ ਆਓ ਇਹ ਬਿਲਕੁਲ ਇਸ ਇਹ ਹਸਤੀ ਆਪਣੀ ਉਸ ਸੱਚ ਚ ਫਨਾ ਕਰ ਚੁਕੇ ਨੇ ਇਹਨਾਂ ਨੂੰ ਤੁਸੀਂ ਕੀ ਫਨਾ ਕਰੋਗੇ ਜਦੋਂ ਦਰਿਆ ਸਮੁੰਦਰ ਚ ਆ ਕੇ ਡਿੱਗ ਜਾਂਦਾ ਹੈ ਉਹ ਫਿਰ ਸਮੁੰਦਰ ਦਾ ਰੂਪ ਹੋ ਜਾਂਦਾ ਹੈ ਇਹ ਸੁਰਤ ਉਹਦੇ ਚ ਸਮਾ ਗਈ ਹੈ ਇਹਦੇ ਚ ਹੁਣ ਤੁਸੀਂ ਕਿੱਥੋਂ ਦਰਿਆ ਦਾ ਪਾਣੀ ਲੱਭੋਗੇ ਤੇ ਕਿੱਥੋਂ ਇਹਨੂੰ ਦਰਿਆ ਨੂੰ ਕੱਢ ਕੇ ਵੱਖਰਿਆਂ ਤੇ ਇਸ ਨੂੰ ਕਹੋਗੇ ਅਸੀਂ ਪनिश्ड ਕਰਨਾ ਸਾੜੋਗੇ ਮਾਰੋਗੇ ਇਤੇ ਵੱਡੇ ਉਸ ਕਾਦਰ ਦੇ ਰੰਗ ਚ ਰੰਗੀਆਂ ਹੋਈਆਂ ਰੂਹਾਂ ਨੇ ਉਹ ਕਹਿੰਦੇ ਸਾਡੇ ਅੰਦਰ ਤੇ ਖੁਦਾ ਪ੍ਰਸਤਤੀ ਆ ਚੁੱਕੀ ਹੈ ਖੁਦੀ ਹੈ ਹੀ ਨਹੀਂ ਜੇ ਖੁਦੀ ਹੁੰਦੀ ਤੇ ਤੁਸੀਂ ਮਾਰਦੇ ਮੈਂ ਖੁਦ ਖੁਦ ਰਿਹਾਈ ਨਹੀਂ ਮੈਨੂੰ ਉਸ ਇਸ ਖੁਦ ਨੂੰ ਖੁਦਾ ਨੇ ਆਮਾਲਿਆ ਇਹ ਲੈਂਗੁਏਜ ਵੀ ਉਹਨਾਂ ਦੀ ਹੈ ਇਹ ਭਾਸ਼ਾ ਵੀ ਉਹਨਾਂ ਦੀ ਹੈ ਪਰ ਉਹ ਹੈ ਕਿ ਜਿੰਨੂੰ ਇਹਦੀ ਇਹਦੀ ਪਕੜ ਹੋਏ ਇਲੀਟ੍ਰੇਸ਼ਨ ਜਿਹੜੀ ਇੱਕ ਪੱਧਰ ਦੀ ਨਹੀਂ ਹੁੰਦੀ ਇਹ ਮਲਟੀਪਲ ਲੇਅਰ ਦੀ ਹੁੰਦੀ ਹੈ ਗੁਰੂ ਬਾਬਾ ਜੀ ਨੇ ਬਾਣੀ ਚ ਕਿਹਾ ਨਾ ਮਹਾਰਾਜ ਕਹਿੰਦੇ ਹੈ ਰੱਬ ਜੀ ਬਸ ਤੇਰੀ ਇਬਾਦਤ ਹੀ ਬੰਦੇ ਦੇ ਫਿੱਸੇ ਹੁੰਦੀ ਹੈ ਤੇ ਬੰਦਾ ਹੀ ਕਰ ਸਕਦਾ ਹੈ ਅਦਰਵਾਈਜ਼ ਤੇਰੇ ਅਗੇ ਚਾਰਾ ਵੀ ਕੋਈ ਨਹੀਂ ਜਿਹਨੂੰ ਤੂੰ ਤਰਸ ਕਰੇ ਜਿਸੈ ਦਿਖਾ ਲੈ ਵਾਟੜੀ ਤੇ ਸੈ ਭੁਲਾਏ ਕੌਣ ਜਿਹਨੂੰ ਤੂੰ ਰਾਹ ਵਿਖਾਰਿਆ ਹੋਏ ਉਹਨੂੰ ਕੋਈ ਭਲਾਏਗਾ ਉਹਨੂੰ ਕੋ ਭਲੇਖਾ ਪਾਏਗਾ ਵੀ ਇੱਧਰ ਹੋ ਜਾਓ ਸੱਜੇ ਹੋ ਜਾਓ ਖੱਬੇ ਹੋ ਜਾਓ ਉਹ ਰੌਸ਼ਨ ਹੋ ਚੁੱਕਾ ਆ ਹਾਂ ਜਿ세 ਪੁਲਾਵੀ ਪੰਦ ਸਰ ਜਿਹਨੂੰ ਤੂੰ ਪੰਦ ਪੁਲਾ ਦੇ ਓਹੋ ਹੋ ਤ세 ਦਿਖਾਏ ਕੌਣ ਉਹਨੂੰ ਸ਼ੀਸ਼ਾ ਕੌਣ ਵਿਖਾਏ ਉੱਥੇ ਸ਼ੀਸ਼ਾ ਨਹੀਂ ਦਿਸਦਾ ਇਹ ਸ ਹੱਤੇ ਦੀ ਹੋਂਦ ਬਦਲਨੀ ਸੀ ਇਸ ertidita ਇਹਨੂੰ ਕਦੀ ਭਾਈ ਗੁਰਦਾਸ ਨੇ ਕਿਹਾ ਸੀ ਸੋਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਣਾ ਅੰਮ੍ਰਿਤ ਸਿਖਾਂ ਪਿਲਾਇਆ ਚਰਣਾ ਅੰਮ੍ਰਿਤ ਇਹ ਇਹ ਰੂਹਾਂ ਅਸਲਿਚ ਕਾਲਪੁਰਖ ਵਾਹਿਗੁਰੂ ਦੇ ਉਹਦੇ ਉਹਦੇ ਚਰਨਾਂ ਦੇ ਪੌਰੇ ਉਹਨਾਂ ਦੇ ਉਹਦੇ ਉਹਦੇ ਅਸਲ ਸੱਚੇ ਆਸ਼ਿਕ ਨੇ ਤੇ ਇਹਨਾਂ ਦੇ ਜ਼ਰੀਏ ਇਸ ਧਰਤੀ ਨੂੰ ਅੰਮ੍ਰਿਤ ਮਿਲਿਆ ਉਹ ਆਤਮਿਕ ਅਹਿਸਾਸ ਮਿਲਿਆ ਜਿਹਦੇ ਵਿੱਚੋਂ ਇਹਦੀ ਹੋੰਦ ਬਚੀ ਇਹਦਾ ਸੱਭਿਆਚਾਰ ਬਚਿਆ ਬੋਲੀ ਬਚੀ ਇਹ ਸਭ ਰੂਪ ਜੋ ਕੁਝ ਅਸੀਂ ਵੇਖ पाए ਬਾਦ ਦੇ ਵਿੱਚ ਜਿਹਨੂੰ ਸਜ ਤੱਕ ਅਸੀਂ ਵੇਖ ਮਾਣ ਰਹੇ ਹਾਂ ਇਸਬ ਉਹਨਾਂ ਨੇ ਤਰਸ ਕੀਤਾ ਸਾਡੇ 'ਤੇ ਇਹਨਾਂ ਦੀ ਕਸ਼ਟਤਾ ਦੇ ਵਿੱਚੋਂ ਇਹ ਸਭ ਕੁਝ ਨਿਕਲਿਆ ਪਰ ਹਾਂ ਉਹ ਤਕਲੀਫਾਂ ਵਿੱਚੋਂ ਨੰਗੇ ਤੇ ਨੰਗੇ ਇਸ ਰੂਪ ਦੇ ਵਿੱਚ ਕਿ ਜਿਹਨੂੰ ਅਸੀਂ ਸ਼ਾਇਦ ਕਿਸੇ ਤਰੀਕੇ ਦੇ ਨਾਲ ਸੋਚ ਵੀ ਨਹੀਂ ਇਮੇਜਨ ਵੀ ਨਹੀਂ ਕਰ ਸਕਦੇ ਆਹੀ ਰਾਤ ਆ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਬਿਲਕੁਲ ਦੇਖੋ ਜੇ ਤੁਸੀਂ ਫਰਕ ਦੇਖੋਗੇ ਤੇਰੀ ਮਨ 24 25 ਕਿਲੋਮੀਟਰ ਦਾ ਫਰਕ ਹੈ। ਇੱਕ ਮਹਾਰਾਜ ਮਾਛੀਵਾੜੇ ਨੇ ਤੇ ਰੂਹਾਂ ਸਰਹੰਦ ਵਿੱਚ ਠੰਡੇਪੁਰ ਦੇ ਵਿੱਚ ਨੇ। ਸ਼ਰੀਰ ਤੇ ਡੈਫੀਨੇਟਲੀ ਵੱਖਰੀ ਵੱਖਰੀ ਜਗ੍ਹਾ ਤੇ ਨੇ। ਪਰ ਇਹ ਤੁਹਾਨੂੰ ਅੱਜ ਮੰਨਿਆ ਜਾਂਦਾ ਵੀ ਸੁਰਤ ਕਰਕੇ ਤੇ ਇੱਕੋ ਹੀ ਸੀਗੇ। ਤੇ ਜੇ ਸਤਗੁਰੂ ਬਾਰੇ ਬਾਣੀ ਇਹ ਕਹਿੰਦੀ ਹੈ ਕਿ ਉਹ ਸਭ ਕਾਸੇ ਨੂੰ ਜਾਣਦਾ ਆ ਤੇ ਗੁਰੂ ਮਹਾਰਾਜ tote ਉਸ ਰੂਪੇ ਸਭ ਕਾਸੇ ਤੇਜ ਵਿਜਨਰੀ ਨੇ ਪਰ ਹਾਂ ਸਾਨੂੰ ਆਮ ਮਨੁੱਖਾਂ ਨੂੰ ਲੋਕਾਂ ਨੂੰ ਜਿਨ੍ਹਾਂ ਨੂੰ ਹਮੇਸ਼ਾ ਇਹ ਰਿਹਾ ਕਿ ਸਾਡੀਆਂ ਮੁਸ਼ਕਲਾਂ ਕੋਈ ਸੁਪਰਨੈਚੁਰਲ ਪਾਵਰ ਆ ਕੇ ਠੀਕ ਕਰੇਗੀ ਬਾਬਾ ਜੀ ਨੇ ਕਿਹਾ ਤੇਰੇ ਅੰਦਰ ਹੀ ਹੈ ਉਹ ਤੇ ਉਹਨੇ ਪਾਈ ਹੈ ਅਸੀਂ ਬਚਨ ਪੜਦੇ ਨਾ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਉਹਨਾਂ ਦੀ ਕੋਰੀ ਬਾਤ ਆ ਇਤਨਾ ਕੁਝ ਬਾਤ ਆ ਤੈਨੂੰ ਪਤਾ ਵੀ ਨਹੀਂ ਬੰਦਾ ਆਪਾਂ ਬਚਨ ਪੜਦੇ ਨਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਹੀ ਭੁੱਲਿਆ ਬੰਦੇ ਨੇ ਤਰਤੀ ਜਿਹੜੀ ਅਸੀਂ ਮਿੱਟੀ ਕਹਿਨੇ ਆ ਇਹ ਸੋਨਾ ਵੀ ਹੈ ਇਮੜ ਮਿੱਟੀ ਵੀ ਹੈ ਇਹ ਸੁਨਹਿਰੀ ਵੀ ਹੈ ਇਹ ਬਿਲਕੁਲ بے ਲਹਿਰੀ ਵੀ ਹੈ ਇਹ ਡਿਪੈਂਡ ਕਰਦਾ ਤੁਸੀਂ ਉਹਦੇ ਨਾਲ ਵਾਪਸਤ ਕੀ ਕਿਵੇਂ ਕਰਦੇ ਹੋ ਆਹੀ ਮਿੱਟੀ ਦਾ ਰੂਪ ਵਟਿਆ ਹੈ ਇਸ ਮਿੱਟੀ ਨਾਲੋਂ ਬਿਲਕੁਲ ਨੂਰ ਵੀ ਹੋ ਸਕਦੀ ਹੈ ਇਸ ਮਿੱਟੀ ਤੋਂ ਬਿਲਕੁਲ ਬੇਕਾਰ ਵੀ ਹੋ ਸਕਦੀ ਹੈ ਤੇ ਦੋਵੇਂ ਜਿਦਾਂ ਸਕਦੀਆਂ ਜਿਸ ਨੂੰ ਸੂਰਤ ਬਖਸ਼ ਦਿੱਤੀ ਉਸ ਰੂਪ ਦੇ ਵਿੱਚ ਕੀ ਇਹਦੀ ਪਹਿਚਾਨ ਦੇ ਦਿੱਤੀ ਉਹ ਫਿਰ ਉਸ ਰੂਪ ਵਿੱਚ ਆ ਗਏ ਇਹ ਜਿਹੜਾ ਸ਼ਬਦ ਆ ਰਿਹਾ ਅੱਜ ਪਹਿਲੀ ਕਚਹਿਰੀ ਦੀ ਪੇਸ਼ੀ ਕੱਲ ਦੂਜੀ ਕੱਲ ਫਤਵਾ ਲੱਗਣਾ ਹੈ ਪਰਸੋਂ ਸ਼ਹਾਦਤ ਉਸ ਤੋਂ ਅਗਲੇ ਦਿਨ ਜਿਹੜਾ ਹੈਗਾ ਜਾਂ ਕੋਈ ਸੋਰਸ ਕਹਿੰਦੇ ਉਸੇ ਸ਼ਾਮ ਸ਼ਾਇਦ ਸੋਨਾ ਔਡਰ ਮਲ ਮੋਰਾ ਲਾਏਗਾ ਬੰਦਾ ਕਹਿੰਦਾ ਜਦੋਂ ਅਸੀਂ ਆਮ ਕਰਕੇ ਕਹਿੰਨੇ ਆ ਕਿ ਪ੍ਰਾਣ ਪਖੇਰੂ ਉੱਡ ਗਏ ਤੇ ਫਿਰ ਤੇ ਮਿੱਟੀ ਹੈ ਨਾ ਫਿਰ ਤੇ ਕੁਝ ਵੀ ਨਹੀਂ ਹਾਦ ਹੋ ਗਈ ਪ੍ਰਾਣ ਪਖੇਰੂ ਤੇ ਕੱਢ ਲਿਓ ਇਹਨਾਂ ਨੇ ਪਰ ਹੁਣ ਤੇ ਮਿੱਟੀ ਹੈ ਨਾ ਉਹ ਕਹਿੰਦਾ ਨਹੀਂ ਮੇਰੇ ਕੋਲ ਜਿੰਨੀ ਕੁ ਪੋਸੀਬਿਲਟੀ ਉਹਦੇ ਮੁਤਾਬਕ ਮੈਂ ਸੋਨੇ ਦੀਆਂ ਮੋਹਰਾ ਪੜੇ ਦਾ ਨਹੀਂ ਖੜੇ ਦਾ ਵਿਛਾ ਕੇ ਵੀ ਆਖਰਕਾਰ ਕੁਛ ਨਹੀਂ ਤੇ ਇਸ ਇਨਾ ਰੋਹਾਂ ਨੂੰ ਸਪੁਰਦੇ ਆਦੇਸ਼ ਕਰਾਂਗਾ ਸੰਸਕਾਰ ਕਰਾਂਗਾ ਸੋਨੇ ਦੀ ਕੀਮਤ ਹੀ ਨਹੀਂ ਕੋਈ ਉੱਥੇ ਉਹ ਕਹਿੰਦਾ ਸੋਨਾ ਜਿੰਨਾ ਤੂੰ ਚਾਹਨਾ ਉਹ ਲੈ ਤੂੰ ਮੈਂ ਆਕਾਰਜ ਕਰਨਾ ਇੱਥੇ ਅੰਦਾਜ਼ਾ ਲਾਓ ਉਹ ਸੋਨਾ ਕੀ ਕੀਮਤ ਰੱਖਦਾ ਉੱਥੇ ਕੁਝ ਵੀ ਨਹੀਂ ਬੰਦਾ ਕਹੇਗਾ ਮਿੱਟੀ ਹੋ ਕਹੇਗਾ ਤੈਨੂੰ ਕੀ ਪਤਾ ਹੈ ਮਿੱਟੀ ਹੈ ਇੱਥੇ ਫਿਰ ਨੂਰ ਮਿੱਟੀ ਦੇ ਚ ਰਬ ਕੇ ਮਿੱਟੀ ਨੂੰ ਮਿੱਟੀ ਨਹੀਂ ਰਹਿਣ ਦਿੰਦਾ ਅਰ ਜੋ ਉਹਨੂੰ ਉਹ ਮਿੱਟੀ ਵੀ ਲੱਗਦਾ ਰੱਬ ਦਾ ਰੂਪ ਐ ਐਕਚੁਅਲ ਇਹ ਇੱਥੇ ਫਿਰ ਚੀਜ਼ ਇਹ ਹੈ ਐਕਚੁਅਲ ਲੈਵਲ ਤੇ ਜਿਹੜੀ ਉਹ ਚਾਨਣੀ ਦੀ ਲੋ ਹੈ ਸਾਰੇ ਬੰਦਾ ਕਹਿੰਦਾ ਵੀ ਇਹ ਆਖਰਕਾਰ ਚਲੋ ਸਾਨੂੰ ਤੇ ਕਈ ਵਰੀ ਚੀਜ਼ਾਂ ਸਮਝ ਨਹੀਂ ਆਉਂਦੀਆਂ ਉਰਦੂ ਦਾ ਆਲਮੀ ਸ਼ਖਸੀਅਤ ਉਹ ਕਹਿੰਦਾ ਹੈ ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਕਾਬਾ ਕਹਿੰਦੇ ਕਾਬੇ ਦੀ ਜ਼ਿਆਰਤ ਕਰਕੇ ਕੀ ਕਰੋਗੇ ਜਿਸ ਜ਼ਿਆਰਤ ਕਰਨੀ ਤੇ ਉਹ ਦੀ ਕਰੋ ਜਿੱਥੇ ਕਿਸੇ ਇਹੋ ਜੇ ਸ਼ਹੀਦ ਨੇ ਖੂਨ ਡੋਲਿਆ ਅਸੀ ਸੁਚੀਰ ਕਹਿੰਦਾ ਸ਼ਹੀਦਾਂ ਕੀ ਕਤਲਗਾਹ ਸੇ ਕਾ ਬਿਹਤਰ ਕਾਬਾ ਉਨਕੀ ਖਾਕ ਤੇ ਖੁਦਾ ਵੀ ਪਰਵਾਨ ਚੜਦਾ ਹੈ ਸੱਚੇ ਹੈ ਉਹ ਖੁਦਾ پرست ਖੁਦੀ ਤੋਂ ਇਤਨੇ ਸਰ ਬੁਲੰਦ ਹੋ ਜਾਂਦੇ ਨੇ ਉਹਨਾਂ ਵੱਲ ਵੇਖ ਕੇ ਬੰਦੇ ਨੂੰ ਆਪਣੀ ਖੁਦੀ ਭੁੱਲ ਜਾਂਦੀ ਹੈ ਬੰਦਾ ਕਹਿੰਦਾ ਵਾਹ ਖੁਦਾ ਤੂੰ ਹੀ ਹੈ ਬਸ ਇਹ ਨੰਨਾ ਨਾ ਲੈ ਕੇ ਸਾਡੇ ਅੰਦਰ ਦਾ ਪਾਪ ਸਾਨੂੰ ਛੱਡ ਜਾਂਦਾ ਹੈ ਸਾਡੇ ਅੰਦਰ ਦਾ ਡਰ ਸਾਨੂੰ ਛੱਡ ਜਾਂਦਾ ਹੈ ਸਾਡੇ ਅੰਦਰ ਦੀ ਮੈਲ ਸਾਨੂੰ ਛੱਡ ਦਿੰਦੀ ਹੈ ਕਿਤਨੇ پاک ਸਾਫ਼ ਹੋਣ ਗਏ ਉਹ ਜਿਨ੍ਹਾਂ ਦਾ ਜ਼ਿਕਰ ਕਰਕੇ ਅੰਦਰ ਭਿੱਜ ਜਾਂਦਾ ਓਏ ਹੋਏ ਆ ਕੀ ਬਣਿਆ ਓਏ ਉਹ ਕੈਸੇ ਹੋਣ ਗਏ ਮੈਂ ਸੋਚਦਾ ਆ ਰੂਪ ਐਕਚੁਅਲ ਲੱਗ ਹੁੰਦਾ ਇਹ ਨੂਰ ਆ ਹਾਂ ਦੁੱਖ ਤਕਲੀਫਾਂ ਸਈਆਂ ਉਹਨਾਂ ਨੇ ਪਰ ਉਸੇ ਦਾਦੇ ਦੇ ਪੋਤੇ ਜਿਸ ਦਾਦੇ ਨੇ ਸਮੁੱਚੀ ਮਾਨਵਤਾ ਨੂੰ ਇਹ ਸੰਦੇਸ਼ ਦਿੱਤਾ ਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰਪੈ ਨਹੀਂ ਜਾਗੈ ਸੁਖ ਬੰਦੇ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਕੰਫਰਟ ਲੱਭ ਰਹੇ ਆ ਸੁਖ ਮੈਂ ਕੰਫਰਟ ਬੰਦਾ ਬੰਦੇ ਨੂੰ ਕੰਫਰਟ ਵਖਾ ਕੇ ਜੋ ਮਰਜੀ ਕਰਾ ਲੋ ਬੰਦੇ ਦਾ ਈਮਾਨ ਖਰੀਦ ਲਵੋ ਬੰਦੇ ਦਾ دین ਖਰੀਦ ਲਵੋ ਧਰਮ ਖਰੀਦ ਲਵੋ ਇਨਸਾਨੀਅਤ ਖਰੀਦ ਲਵੋ ਅਕਲ ਖਰੀਦ ਲਵੋ ਜੋ ਚਾਹੋ ਖਰੀਦ ਲਵੋ ਉਹ ਇਨਸਾਨ ਵੱਡਾ ਹੋ ਜਾਂਦਾ ਦਿਉ ਹੋ ਜਾਂਦਾ ਹੈ ਜਿਹੜਾ ਆਪਣੇ ਸੁੱਖ ਨੂੰ ਜ਼ਮੀਰ ਦੇ ਸਾਹਮਣੇ ਛੋਟਾ ਕਰ ਦੇ ਕਹਿੰਦਾ ਆ ਲਵਾਂਗਾ ਇਹਦੇ ਇਵਜ ਵਿੱਚ ਕੰਫਰਟ ਵੀ ਮਿਲੇ ਨਹੀਂ ਚਾਹੀਦਾ ਇਤੋਂ ਵੈਲਿਊ ਸਟਰਕਚਰ ਬਿਲਡ ਹੁੰਦਾ ਆ ਨਹੀਂ ਤੇ ਬੰਦੇ ਨੂੰ ਜਿਹਨੂੰ ਅਸੀਂ ਇਨਸਾਨੀ ਕਦਰਾਂ ਕੀਮਤਾਂ ਕਹਿੰਨੇ ਆ ਇਹਦੀ ਇਹਦੀ ਕੋਈ ਸਮਝ ਨਹੀਂ ਗੀ ਆ ਜੋ ਕੋਈ ਦੁਨੀਆ ਚ ਅਸੀਂ ਜ਼ਿਆਦਾਤਰ ਵੇਖਦੇ ਲਫਾਫੇ ਬਾਜੀ ਇਹ ਸਾਰੀ ਕੁਝ ਵੀ ਨਹੀਂ ਬਸ ਸਭ ਖਵਾ ਹਾਂ ਯਹਾਂ ਤਾਂ ਅੱਗੇ ਪਿੱਛੇ ਬੰਦਾ ਥੋੜਾ ਬੋਤਾ ਗੱਲਾਂ ਹੀ ਕਰ ਕਰ ਰਿਹਾ ਜਿੱਥੇ ਕਿਤੇ ਪ੍ਰੈਕਟੀਕਲ ਚੀਜ਼ ਆਉਂਦੀ ਉੱਥੇ ਕਿਉਂਕਿ ਬੱਲੇ ਕੁਝ ਹੈ ਹੀ ਨਹੀਂ ਹੋਏ ਤਾਂ ਜੇ ਬੰਦਾ ਇਸ ਚੀਜ਼ ਤੋਂ ਬਾਹਰ ਉੱਠ ਸਕੇ ਤੇ ਮਾੜਾ ਜੀ ਸੁਖ ਦੀ ਮਾੜੀ ਜੀ ਕਿਤੇ ਅੱਗੇ ਪਿੱਛੇ ਤਸਵੀਰ ਹੋਣ ਲੱਗੇ ਬੰਦਾ ਕਹਿੰਦੇ ਨਹੀਂ 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 ਮੈਂ ਮੇਰੇ ਤੋਂ ਸੁਖ ਨਾ ਕੋਈ ਹੋ ਜੇ ਨਾ 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 ਹੋਰ ਜੋ ਚਾਹੋ ਜਿਸ ਤਰੀਕੇ ਚਾਹੋ ਮੈਂ ਕਰਨ ਲਈ ਤਿਆਰ ਹਾਂ ਸੁਖ ਸਨੇਹ ਮੋ ਨਜ਼ਾ ਲਾਇਆ ਜਾਏ ਉਹ ਜਦੋਂ ਮਾਂ ਗੁਜਰੀ ਤੋਂ ਬੱਚਿਆਂ ਨੂੰ ਜੁਦਾ ਕਰਦੇ ਨੇ ਐਕਚੁਅਲੀ ਤੋਂ ਮਾਂ ਦਾ ਟੈਸਟ ਕਰ ਰਹੇ ਨੇ ਇਹ ਬੱਚੇ ਮਾਂ ਦੇ ਅੱਖੇ ਲੱਗਦੇ ਨੇ ਨਾ ਇੰਨਾ ਡਰਾ ਦੇਈਏ ਮਾਂ ਹੀ ਉਹਨਾਂ ਨੂੰ ਕਹੇ ਬੇਟਾ ਜੋਏ ਕਹਿੰਦੇ ਨੇ ਗੱਲ ਮੰਨ ਲਓ ਮਾਂ ਇਹ ਕਹਿ ਰਹੀ ਹੈ ਨਾ ਅਸੀਂ ਤੁਮ ਗਾਵੋ ਮੇਰੇ ਨਿਰਭਾਉ ਕਾ ਸੋਹਿਲਾ ਪੁੱਤ ਸੀ ਸੋਹਿਲਾ ਗਿਆ ਇਹ ਸੋਹਿਲਾ ਮੌਤ ਦਾ ਗੀਤ ਹੈ ਅੱਜ ਵੀ ਮ੍ਰਿਤਕ ਦੀ ਸਾਡੇ ਸੰਸਕਾਰ ਜਦੋਂ ਹੁੰਦਾ ਇਹੀ ਗਾਇਆ ਜਾਂਦਾ ਬੁੱਤਸਿਓ ਸਭ ਚੀਜ਼ਾਂ ਫੂਕ ਦਿੱਤੀਆਂ ਨੇ ਜਿਨ੍ਹਾਂ ਦੇ ਸਦਕਾ ਸਾਨੂੰ ਭੈ ਆਵੇਗਾ ਅਸੀਂ ਨਿਰਭਉ ਹੀ ਰਹਿਣਾ ਆ ਵੋ ਇਹ ਹੀ ਚੀਜ਼ ਉਹ ਟੈਸਟ ਕਰ ਰਿਹਾ ਕਰ ਦਾ ਮੋਹ ਹੈ ਨਗਰ ਦਾ ਮੋਹ ਹੈ ਪੋਜੀਸ਼ਨ ਦਾ ਮੋਹ ਹੈ ਪੋਜੀਸ਼ਨਸ ਦਾ ਮੋਹ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਸੇ ਚੀਜ਼ ਨੂੰ ਸਾਹਮਣੇ ਰੱਖਿਆ ਹੀ ਨਹੀਂ ਉਹਨਾਂ ਕਿਆ ਅੱਛਾ ਚੱਲਾ ਐਵੇਂ ਨਹੀਂ ਲੜਾ ਲੜ ਕੇ ਨਹੀਂ ਡਰਾ ਕੇ ਨਹੀਂ ਕੁਛ ਨਹੀਂ ਹੋ ਸਕਦਾ ਚਲੇ ਕੰਮ ਕਰਦੇ ਆ ਧਰਮ ਦੀ ਸੌਂ ਖਾ ਕੇ ਵੇਖਦੇ ਨੇ ਤੇ ਫਿਰ ਫਿਰ ਤੇ ਆਖਰਕਾਰ ਗੁਰੂ ਸਾਹਿਬ ਦਾ ਰੂਪ ਸਾਹਮਣੇ ਆ ਹੀ ਜਾਇਆ ਕਰ ਮੈਂ ਨਹੀਂ 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 ਮਹਿਲ ਦਾ ਬੜਾ ਮੋਹ ਆ ਭਵੇਂ ਤੁਸੀਂ ਸੌਂ ਖਾ ਰਹੇ ਹੋ ਮੈਂ ਆਪਣਾ ਮਹਿਲ ਨਹੀਂ ਛੱਡ ਸਕਦਾ ਗੁਰੂ ਬਾਬਾ ਜੀ ਨੇ ਠੀਕ ਆ ਤੁਸੀਂ ਕਹਿੰਦੇ ਹੋ ਤੁਸੀਂ ਧਰਮੀ ਹੋ ਮੈਂ ਮੰਨਣਾ ਵਾਂ ਤੁਹਾਨੂੰ ਜੋ ਕਿ ਸਿੱਖ ਨੂੰ ਗੁਰੂ ਸਾਹਿਬ ਨੇ ਕਿਹਾ ਤੂੰ ਨਾਮਦਾਨ ਲੈਣਾ ਹੈ ਮਾਫੀ ਚਾਹੰਗਾ ਨਾਮਦਾਨ ਲਫ਼ਜ਼ ਪਿਛਲੇ ਦਿਨਾਂ ਲੋਕਾਂ ਨੇ ਬੜਾ ਪੋਲਿਊਟ ਕੀਤਾ ਸੌਰੀ ਟੂ ਸੇ ਕਈ ਵਾਰੀ ਇੱਕਦਮ ਸੁਰ ਤੋਂ ਉੱਥੇ ਚਲੀ ਜਾਂਦੀ ਹੈ ਮੇਰੀ ਖੁਦ ਦੀ ਚਲੀ ਜਾਂਦੀ ਕਈ ਵਾਰੀ ਇਹ ਉਹ ਨਾਮਦਾਨ ਉਹ ਜਿਹੜੀ ਉਹ ਡਰਟੀ ਪੋਲਿਟিক্যাল ਗੇਮ ਉੱਥੇ ਚਲਾਈ ਸਾਰੀ ਪੰਜਾਬ ਵਿੱਚ ਉਹਦਾ ਕੋਈ ਕੁਸ਼ ਨਹੀਂ ਇਹਦੇ ਨਾਲ ਸੰਬੰਧ ਇਹ ਨਾਮ ਉਹ ਸੁੱਚਮਤਾ ਦਾ ਨਾਮ ਆ ਸਾਨੂੰ ਸੇ ਅਰਦਾਸ ਚ ਮੰਗਦੇ ਆ ਵਿਸਾਦਾਨ ਭਰੋਸਾਦਾਨ ਫਿਰ ਕੀ ਕਿਹਾ ਗਿਆ ਦਾਨਾ ਸਿਰਦਾਨ ਜਿਹਦੇ ਕੋਲ ਵਿਸਾਦ ਦੀ ਥਾਲੀ ਨਹੀਂ ਭਰੋਸੇ ਦਾ ਬਾਟਾ ਨਹੀਂ ਉਹਦੀ ਸੁਰਤੇ ਚ ਦਾਨਾ ਸਿਰਦਾਨ ਪਏਗਾ ਕਦੀ ਨਹੀਂ ਪਏਗਾ ਇਹ ਤਾਂ ਕਿਸੇ ਵਿਸ਼ਵਾਸ ਚ ਪੈਂਦਾ ਆ ਰੱਬ ਵਸਦਾ ਸਾਰਿਆਂ ਦੇ ਵਿੱਚ ਜਿਹਦੀ ਅੱਖ ਵੇਖਦੀ ਨਹੀਂ ਉਹਨੂੰ ਕਿੱਥੇ ਰੱਬ ਮਿਲੇਗਾ ਬਾਬਾ ਜੀ ਨੇ ਕਿਸੇ ਨੂੰ ਦੁਸ਼ਮਣ ਨਹੀਂ ਵੇਖਿਆ ਇੱਥੇ ਹੀ ਗੁਰੂ ਸਾਹਿਬ ਨੇ ਹਿਸਟੋਰੀయన్స్ ਕਹਿੰਦੇ ਨੇ ਮਾਚੀਵਾੜੇ ਮਹਾਰਾਜ ਨੇ ਪਹਿਲਾ ਖਾਤੌਰੰਗਜ਼ੇਬ ਨੂੰ ਲਿਖਿਆ ਉਹ ਚ ਲਿਖਿਆ ਉਸਨੂੰ ਸਭ ਕਹਿੰਦੇ ਵੀ ਜੇ ਤੂੰ ਕਹੇ ਵੀ ਮੇਰੇ ਨਾਲ ਗੁਫ਼ਤਗੂ ਕਰਨੀ ਹੈ ਗੁਫ਼ਤਗੂ ਕਰ ਲਿਆ ਬਿਲਕੁਲ ਆ ਮੈਂ ਤਿਆਰ ਆ ਬਲਕੇ ਤੂੰ ਗੁਫ਼ਤਗੂ ਕਰਨਾ ਆਏਂਗਾ ਤੈਨੂੰ ਮੈਂ ਅਜੇ ਵੀ ਪਵਿੱਤਰ ਰਾਬ ਖਾ ਦੇਂਗਾ ਸਹੀ ਰਾਬ ਖਾ ਦੇਂਗਾ ਤੇਰੀ ਭਟਕਣਾ ਦੂਰ ਹੋ ਜਾਏਗੀ ਗੁਰੂ ਕਿਉਂਕਿ ਸਤਗੁਰ ਅੰਦਰੋਂ ਨਿਰਵੈਰ ਹੈ ਉਹਦੇ 'ਚ ਵੈਰ ਹੈ ਹੀ ਨਹੀਂ ਵੈਰ ਕਿੱਦਣਾ ਕਰੇਗਾ ਉਹ ਤੇ ਮਨ ਕੇ ਚੱਲਿਆ ਪੀ ਨਿਰਭਉ ਦਾ ਰੂਪ ਹੈ ਸਾਰਾ ਉਹ ਕਾਲਪੁਰਖ ਵੈਗਰੂ ਨਿਰਭਉ ਹੈ ਮੈਂ ਭੈ ਤੋਂ ਬਿਨਾਂ ਡਰ ਤੋਂ ਬਿਨਾਂ ਵੈਰ ਤੋਂ ਨਿਰਵੈਰ ਰਹਿਣਾ ਹਰ ਵਕਤ ਪਰ ਬਾਕੀ ਜੇ ਤੂੰ ਇਹ ਸੋਚੇ ਕਿ ਕੂੜ ਦੇ ਘੋੜੇ ਤੇ ਚੜ ਕੇ ਤੇ ਤੂੰ ਸੱਚ ਦੇ ਉਸ ਰਾਘੀਰ ਨੂੰ ਡਰਾ ਲੇਗਾ ਇਸ ਤਰ੍ਹਾਂ ਨਹੀਂ ਹੋਣਾ ਜੇ ਤੂੰ ਚਾਹੇ ਮੈਦਾਨ ਦੇ ਵਿੱਚ ਟੱਕਰ ਨਾ ਤੇ ਮੈਂ ਉਹਦੇ ਲਈ ਵੀ ਤਿਆਰ ਆ ਮੈਦਾਨੇ ਜੰਗ ਵਿੱਚ ਮੈਂ ਤੇਰੇ ਨਾਲ ਅੱਜ ਵੀ ਆ ਜਾਵਾਂਗਾ ਕੋਈ ਗੱਲ ਇਹ ਉੱਚ ਲਿਖ ਕੇ ਭੇਜਿਆ ਸਾਈ ਪਾਤਸ਼ਾ ਉਸ ਸਾਰੇ ਜਿਹਨੂੰ ਅਸੀਂ ਸੰਸਾਰਕ ਤੇ ਇਥੇ ਹੀ ਮਨੁੱਖ ਡਿੱਗਦਾ ਆ ਸੁਖ ਮਨੁੱਖ ਲਈ ਨੇ ਮਨੁੱਖ ਸੁੱਖਾਂ ਲਈ ਨਹੀਂ ਹੈ ਇੰਨਾ ਕੁ ਫਰਕ ਦੇਖ ਲਈਏ ਪਦਾਰਥ ਵਸਤਾਂ ਰਸਤਾ ਮਨੁੱਖੀ ਨੇ ਮਨੁੱਖ ਇਹਨਾਂ ਲਈ ਨਹੀਂ ਹੈ ਮਨੁੱਖ ਇਹਨਾਂ ਲਈ ਬਣ ਗਿਆ ਮਨੁੱਖ ਕਹਿੰਦਾ ਮੈਂ ਇਨ ਇਹ ਇਹਨਾਂ ਤੇ ਡਿਪੈਂਡੈਂਸੀ ਕ੍ਰੀਏਟ ਹੋ ਗਈ ਹੈ ਬਸ ਇੱਥੋਂ ਹੀ ਅਲਾਮਤ ਆਈ ਹੈ ਬੰਦੇ ਤੈਨੂੰ ਕੁਦਰਤ ਨੇ ਇੰਨੀ ਖਸ਼ਮਤਾ ਦਿੱਤੀ ਹੈ ਤੂੰ ਇਹ ਜਿੱਥੇ ਚਾਹੇ ਬਣਾ ਸਕਦਾ ਹੈ ਜਿੱਥੇ ਚਾਹੇ ਉਸਾਰ ਸਕਦਾ ਹੈ ਇਹਨਾਂ ਦੇ ਮਤਾਇਤ ਹੋ ਕੇ ਆਪਣਾ ਜ਼ਮੀਰ ਫਰੋਸ਼ਤੀ ਨਾ ਕਰੀ ਛੋਟਾ ਹੋ ਜਾਏਂਗਾ بس ਐਨੀਕ ਚੀਜ਼ ਨਹੀਂ ਬੰਦੇ ਨੂੰ ਸਮਝ ਆਉਂਦੀ। ਬਾਬਾ ਜੀ ਨੇ ਕਿਹਾ ਤੁਸੀਂ ਅਨੰਦਪੁਰ ਢਾਉਂਦੇ ਹੋ ਅਸੀਂ ਅਨੰਦਪੁਰ ਇੱਕ ਵਾਰੀ ਨਹੀਂ ਹਜ਼ਾਰਾਂ ਵਾਰੀ ਬਸਾਵਾਂਗੇ। ਸਾਡੀ ਸੁਰਤ 'ਚ ਅਨੰਦਪੁਰ ਵਸਿਆ ਹੈ। ਤੇ ਵਾਕਿਆ ਕੀ ਹੈ? ਕਿਹੜਾ ਅਨੰਦਪੁਰ ਕਿਸੇ ਨੇ ਢਾ ਲਿਆ? ਉਹ ਤੇ ਅੱਜ ਵੀ ਉੱਥੇ ਰੌਸ਼ਨ ਹੈ। ਸਾਹਿਬ ਪਾਤਸ਼ਾਹ ਗੁਰਤੇਗ ਬਹਾਦਰ ਮਹਾਰਾਜ ਜੋ ਬਚਨ ਸਾਨੂੰ ਅੱਜ ਮਹਾਰਾਜ ਨੇ ਬਿਆਨ ਕੀਤਾ ਹੈ। ਕੀਆ ਬੰਦੇ ਚੇਤੇ ਰਖੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ ਸੁਖ ਸਨੇਹ ਰ ਪੈ ਨਹੀਂ ਜਾੰਕੈ ਕੰਚਨ ਮਾਟੀ ਮਾਨਣਾ ਜਿਸ ਨੂੰ ਦੁੱਖ ਦੁੱਖ ਮਹਿਸੂਸ ਨਾ ਹੋਏ ਜਿਸ ਨੂੰ ਦੁੱਖ ਦੀ ਆਵਾ ਦੇ ਨਾਲ ਸਿਜਣ ਦੀ ਜਾਜ ਆ ਜਾਏ ਉਹਦੀ ਬਾਤ ਕੀਤੀ ਸੁਖ ਸਨੇਹ ਰ ਪੈ ਨਹੀਂ ਜਾੰਕੈ ਕੰਚਨ ਮਾਟੀ ਮਾਨਣਾ ਸੁਖ ਸਨੇਹ ਰ ਪੈ ਨਹੀਂ ਜਾੰਕੈ ਵੰਤੀ ਕਰਿਆ ਸੀਗਾ ਕਿ ਸੁੱਖਾਂ ਦਾ ਗੁਲਾਮ ਨਹੀਂ ਬੰਦਾ ਫਿਰ ਕੋਈ ਭੈ ਨਹੀਂਗਾ ਕੰਚਨ ਮਾਟੀ سونے ਦੀ ਕੀਮਤ ਹਮੇਸ਼ਾ ਬਾਜ਼ਾਰ ਚ ਬਹੁਤ ਜ਼ਿਆਦਾ ਰਹੀ ਹੈ ਪਰ ਉਹ ਸੋਨਾ ਇਹਨਾਂ ਨੇ ਭੱਟ ਪਏ ਸੋਨਾ ਜਿਹੜਾ ਕੰਨਾਂ ਨੂੰ ਖਾਏ ਉਹ ਸੋਨਾ ਸੋਨਾ ਨਹੀਂ ਜਿਹੜਾ ਬੰਦੇ ਨੂੰ ਇਨਸਾਨ ਤੋਂ ਦੂਰ ਕਰ ਦੇ ਇਨਸਾਨੀਅਤ ਤੋਂ ਦੂਰ ਕਰ ਦੇ ਇੱਥੇ ਜ਼ਿੰਦਗੀ ਦੀ ਹਰ ਪ੍ਰਾਪਤੀ ਹਰ ਅਮੀਰੀ ਹਰ ਕਿਸਮ ਦੀ ਆਪਾ ਗੁਰੂ ਸਾਹਿਬ ਤੇ ਪਾਤਸ਼ਾਹੀ ਬਖਸ਼ਣ ਵਾਲੇ ਨੇ ਪਰ ਉਹ ਪਾਤਸ਼ਾਹੀ ਜ਼ੁਲਮ ਤੇ ਜ਼ੁਲਮ ਦੀ ਕਾਣ ਚੜ ਕੇ ਨਹੀਂ ਆਵੇਗੀ ਨਾ ਇੱਥੋਂ ਹੀ ਉਹ ਕਰੈਕਟਰ ਨਿਕਲ ਕੇ ਆਇਆ ਜਿਥੋਂ ਦਰਬਾਰੇ ਖਾਲਸਾ ਉਸਰੇ ਆ ਮੁੜ ਕੇ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਮੁਲਤਾਨ ਗਈ ਮੁਲਤਾਨ ਉਹਨਾਂ ਨੂੰ ਕਿਆ ਕਿ ਭਾਈ ਗੱਲ ਇਹ ਹੈ ਤੁਸੀਂ ਅਫਗਾਨਾਂ ਦੀ ਰਾਖੀ ਕਬੂਲੀ ਹੈ ਤੇ ਠੀਕ ਨਹੀਂ ਇਹ ਜਿਹੜੀ ਧਰਤੀ ਦੀ ਦੌਲਤ ਕਮਾਈ ਹੋਈ ਧਰਤੀ ਦੇ ਲੋਕਾਂ ਤੇ ਲੱਗਣੀ ਚਾਹੀਦੀ ਹੈ ਇਸ ਕਰਕੇ ਇਹਨਾਂ ਦੀ ਰਾਖੀ ਹਾਲ ਦਰਬਾਰੇ ਖਾਲਸਾ ਨਾਲ ਜੁੜ ਕੇ ਹੋਏਗੀ ਤੁਸੀਂ ਉਸ ਰੂਪ ਦੇ ਵਿੱਚ ਇੱਥੇ ਲੋਕਾਂ ਦੇ ਨਾਲ ਤੁਸੀਂ ਡੀਲ ਕਰੋਗੇ ਉਹ ਕਹਿੰਦੇ ਨਹੀਂ ਲੜਾਈ ਤੇ ਆ ਗਈ جنگ ਹੋਈ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਜਿੰਨੀ ਦੇਰ ਤੱਕ ਤਲਵਾਰ ਸਾਹਮਣੇ ਖਿੱਚੀ ਆ ਉਨੀ ਦੇਰ ਤੱਕ ਤੁਹਾਡੀ ਤਲਵਾਰ ਮਿਆਨ ਚ ਉਭਰ ਰਹੇਗੀ ਜਦੋਂ ਅਗਲੇ ਦੀ ਤਲਵਾਰ ਡਿੱਗ ਗਈ ਆ ਮਿਆਂ ਚ ਬਾਹਰ ਆ ਗਈ ਤੁਹਾਡੀ ਤਲਵਾਰ ਨਹੀਂ ਬਾਹਰ ਰਹਿਣੀ ਚਾਹੀਦੀ ਮਲਤਾਨ ਦੇ ਨਵਾਬ ਲੜ ਰਹੇ ਨੇ ਲੜਦੇ ਲੜਦੇ ਕੁਝ ਮਰ ਗਏ ਔਲਾਦਾ ਬਚ ਗਈਆਂ ਲੜਾਈ ਜਿਵੇਂ ਹੀ ਦੂਜੇ ਪਾਸੇ ਉਹਨਾਂ ਨੇ ਬੰਦ ਕੀਤੀ ਉਸੇ ਵਕਤ ਉਹਨਾਂ ਦੀਆਂ ਸਾਰੀਆਂ ਔਲਾਦਾ ਨੂੰ ਕਿਸੇ ਤੇ ਇੱਕ ਵੀ ਜ਼ੁਲਮ ਨਹੀਂ ਕੀਤਾ ਮਾਰਿਆ ਨਹੀਂ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਪੇਸ਼ ਕੀਤਾ ਮਹਾਰਾਜਾ ਨੇ ਗਲਵਕੜੀ ਪਾ ਕੇ ਆਪਣੇ ਨਾਲ ਮਲਾਇਆ ਉਹਨਾਂ ਨਵਾਬਾਂ ਦੇ ਬੱਚੇ। ਕੀ ਇਹਨਾਂ ਨੂੰ ਜ਼ਗੀਰ ਦਿਓ? ਜ਼ਿੰਦਗੀ ਆਪਣੀ ਚੰਗੀ ਤਰ੍ਹਾਂ ਗੁਜ਼ਰ ਕਰਨ ਆਪਣੀ ਹੈ। ਇਹ ਮਤਲਬ ਸੋਨੇ ਦੀ ਝਾਲ ਸਿਰਫ ਸੋਨੇ ਦੇ ਰੰਗ ਵਿੱਚ ਨਹੀਂ ਹੁੰਦੀ। ਇਹ ਇਨਸਾਨੀ ਜ਼ਹਨੀਅਤ ਵਿੱਚ ਹੁੰਦੀ ਹੈ। ertidhi ਅਮੀਰੀ ਲੋਕਾਂ ਨੇ ਸੋਚੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਜਿੰਨੀ ਅਮੀਰੀ ਪੰਜਾਬ ਦੀ ਫਿਜ਼ਾਨ ਦੇ ਵਿੱਚ ਥੋੜੇ ਜੇ 50 60 ਸਾਲ ਦੇ ਸਿੱਖ ਰਜ਼ੀਮ ਦੇ ਪਾਵਰ ਵਿੱਚ ਆਉਣ ਤੋਂ ਬਾਅਦ ਲੋਕਾਂ ਨੇ ਹੰਡਾਈ ਜਿਹੜੀ ਉੱਥੇ ਪਰ ਉਹ ਕਿਸੇ ਜ਼ਮੀਰ ਫਰੋਸ਼ੀ ਚੋਂ ਨਹੀਂ ਨਿਕਲੀ ਉਹ ਮਾਨ ਵਿੱਚੋਂ ਨਿਕਲੀ ਉਹ ਸੂਲਾਂ ਵਿੱਚੋਂ ਨਿਕਲੀ ਬਾਬਾ ਜੀ ਨੇ ਦੱਸਿਆ ਕਿ ਭਾਈ ਤੂੰ ਜ਼ਮੀਰ ਫਰੋਸ਼ ਹੋ ਕੇ ਕੰਚਨ ਵੀ ਲੈ ਲੇਂਗਾ ਨਾ ਉਹ ਵੀ ਬੇਕਾਰ ਹੈ ਮਿੱਟੀਕਾਰ ਬੇਜਾ ਹੈ ਅਗਲਾ ਬਚਨਿਆ ਆਸਾਂ ਮਨਸਾ ਸਗਲ ਤੇ ਆਗਾ ਜਗਤੇ ਰਹੇ ਨਿਰਾਸ਼ਾ ਅਧਿਆਤਮਿਕ ਤਲ ਦੇ ਉੱਤੇ ਇੱਕ ਹਾਇਰ ਲੈਵਲ ਦੀ ਸਟੇਟ ਆਫ ਮਾਈਂਡ ਦੀ ਗੱਲ ਹੋ ਰਹੀ ਹੈ ਤੇ ਬੰਦੇ ਦੀਆਂ ਆਸਾਂ ਮਨ ਸਾ ਸਭ ਉਸ ਸੁੰਗੜ ਜਾਣ ਉਸ ਰੱਬੀ ਰੂਪ ਦੇ ਅੰਦਰ ਉਸ ਨਾਮ ਦੇ ਵਿੱਚ ਕਾਮ ਕ੍ਰੋਧ ਜੇ ਪਰਸੇ ਨਾ ਹੰਤੇ ਘਟ ਬ੍ਰਹਮ ਨਿਵਾਸਾ ਬ੍ਰਹਮ ਰੂਪ ਤਾਂ ਹੋਏ ਜੇ ਆਪਣੀਆਂ ਵਾਸ਼ਨਾਵਾਂ ਤੇ ਕਰੋਧਾ ਬਿਰਤੀਆਂ ਨੂੰ ਬੰਦਾ ਗ੍ਰਿਪ ਕਰ ਸਕੇ ਤੇ ਮਹਾਰਾਜ ਗੱਲ ਤੇ ਠੀਕ ਹੈ ਬੜੀ ਆਈਡੀਅਲ ਚੀਜ਼ ਹੈ ਪਰ ਮਿਲੇਗੀ ਕਿਵੇਂ ਸਭ ਕਹਿੰਦੇ ਗੁਰ ਕਿਰਪਾ ਜੇ ਨਰਕੋ ਕਿੰਨੀ ਤੇ ਇਹ ਜੁਗਤ ਪਛਾਨੀ ਜਿਹਦੇ ਉੱਤੇ ਗੁਰੂ ਤਰਸ ਕਰੇ ਤੇ ਗੁਰੂ ਸੁਰਤ ਵਿੱਚ ਲੱਗਿਆ ਹੋਇਆ ਅੰਦਰ ਦਾ ਦੀਵਾ ਬਲੇ ਤਾਂ ਇਹ ਜੁਗਤ ਮੈਥਡੋਲੋਜੀ ਤਰੀਕੇਕਾਰ ਦਾ ਇਹ ਪਹਿਚਾਨ ਆਉਂਦੀ ਹੈ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਜਿਵੇਂ ਹੀ ਇੰਨੀ ਬਰਫ਼ ਜੰਮੀ ਚਾਰਚ ਪੇਰੇ ਸੂਰਜ ਦੀ ਕਿਰਨ ਪੈਣੀ ਆ ਹੋਣਾ ਕੀ ਆ ਹਿਸਾਬ ਪਾਣੀ ਚ ਪਾਣੀ ਆਮ ਆ ਜਾਏਗਾ ਬਸ ਇਹ ਹੈ ਬੰਦੇ ਦੇ ਅੰਦਰ ਜਿਹੜਾ ਇਹ ਜਮਾ ਹੋ ਗਿਆ ਆ ਇਹ ਬੰਦਾ ਆਪਣੇ ਆਪ ਦੇ ਵਿੱਚ ਹਵਾਨ ਬਣ ਚੁਕਾਇਆ ਜਿਵੇਂ ਰੱਬੀ ਨਜ਼ਰ ਦੀ ਬਖਸ਼ਿਸ਼ ਦੀ ਮਿਹਰ ਦੀ ਉਹ ਕਿਰਨ ਪੈ ਗਈ ਜਿਵੇਂ ਪਾਣੀ ਸੰਗ ਪਾਣੀ ਜਿਵੇਂ ਸਜਾਤ ਹੋ ਜਾਏਗਾ ਉਸੇ ਵਕਤ ਸਾਹਿਬ ਰਹਿਮਤ ਕਰਨ ਸ਼ਹੀਦਾਂ ਨੂੰ ਨਮਨ ਕਰਦੇ ਆ ਹੋਇਆ ਇਥੇ ਸਮਾਪਨ ਕਰਦੇ ਆ ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ